ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਖਾਸ ਅਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਅੱਜ ਦੇ ਦਿਨ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੀ ਜ਼ੀਰਾ ਮੋਰਚੇ ਦੇ ਨਾਲ ਜੁੜੀ ਹੋਈ ਖਬਰ ਤੋਂ ਜਿੱਥੇ ਕਿ ਸ਼ਰਾਬ ਫੈਕਟਰੀ ਦੇ ਬਾਹਰ ਪਿਛਲੇ 5 ਮਹੀਨਿਆਂ ਤੋਂ ਮੋਰਚਾ ਲੱਗਿਆ ਹੋਇਆ ਹੈ ਤੇ ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਹਾਲੇ ਵੀ ਜਾਰੀ ਰਹੇਗਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਮੀਟਿੰਗ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਕੋਈ ਸੱਟਾ ਨਹੀਂ ਨਿਕਲਿਆ ਹਾਲਾਂਕਿ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤੇ ਸੀ ਕਿ ਜਿਹੜੀ ਸ਼ੁੱਕਰਵਾਰ ਸ਼ਾਮ ਨੂੰ ਮੀਟਿੰਗ ਹੋਣੀ ਹੈ ਮੋਰਚੇ ਦੇ ਵਫਦ ਦੇ ਨਾਲ ਉਸ ਤੋਂ ਬਾਅਦ ਸ਼ਾਇਦ ਇਹ ਮੋਰਚਾ ਖਤਮ ਹੋ ਜਾਊਗਾ ਸ਼ੁੱਕਰਵਾਰ ਦੇਰ ਰਾਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜ਼ੀਰਾ ਧਰਨਾਕਾਰੀਆਂ ਦੇ ਵਫਦ ਦੀ ਮੀਟਿੰਗ ਦਾ ਨਤੀਜਾ ਦੇਣ ਦੇ ਲਈ ਜਦੋਂ ਸ਼ਨੀਚਰਵਾਰ ਸਵੇਰੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਖੁਦ ਮੋਰਚੇ ਵਿੱਚ ਪਹੁੰਚੇ ਤਾਂ ਧਰਨੇ ਦੇ ਆਗੂਆਂ ਨੇ ਮੰਤਰੀ ਨੂੰ ਖਰੀਆਂ-ਖਰੀਆਂ ਸੁਣਾ ਕੇ ਬੇਰੰਗ ਮੋੜ ਦਿੱਤਾ ਤੇ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ だった ਸਭ ਤੋਂ ਪਹਿਲਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਸਰਕਾਰ ਹੈ ਜਿਹੜੀ ਉਹ ਸ਼ਰਾਬ ਦੀ ਫੈਕਟਰੀ ਅਤੇ ਪ੍ਰਦੂਸ਼ਣ ਦੇ ਜਾਂਚ ਦੇ ਲਈ ਪੰਜ ਮੈਂਬਰੀ ਕਮੇਟੀ ਬਣਾ ਰਹੀ ਹੈ ਜੋ 1 ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ ਇਸ ਤੋਂ ਬਾਅਦ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸਦੇ ਹੋਏ 9 ਮਹੀਨਿਆਂ ਦੇ ਅੰਦਰ ਲਏ ਗਏ ਸਾਰੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਵਾਅਦਾ ਕੀਤਾ ਕਿ 1 ਮਹੀਨੇ ਅੰਦਰ ਰਿਪੋਰਟ ਦੇ ਵਿੱਚ ਜੇਕਰ ਫੈਕਟਰੀ ਦੇ ਖਿਲਾਫ ਜਾਂਚ ਆਈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਊਗਾ ਇਸ ਮਸਲੇ ਦੇ ਹੱਲ ਲਈ ਪੰਜ ਕਮੇਟੀਆਂ ਜਿਹੜੀਆਂ ਵਾਖ ਕਮੇਟੀਆਂ ਜਿਹੜੀਆਂ ਉਹਦਾ ਗਠਨ ਕੀਤਾ ਉਹ ਨਾਲ ਸੱਤ ਉਹਦੇ ਟੈਕ ਕੀਤੀ ਹੈ ਕਿੰਨਾਂ ਕਮੇਟੀਆਂ ਦੇ ਵਿੱਚ ਕਿਸਾਨ ਜਿਹੜੇ ਜਿਹੜੇ ਇੱਥੇ ਸੰਘਰਸ਼ ਕਰਦੇ ਪੰਚਾਇਤ ਉਹ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਬੰਦੇ ਪਾ ਸਕਦੀ ਹੈ ਟਾਈਮ ਵੀ ਉਹਨਾਂ ਨੇ ਬੋਰਡ ਕੀਤਾ ਕੱਲ ਤੁਹਾਡੀ ਕਮੇਟੀ ਦੇ ਨਾਲ ਕਿ ਇੱਕ ਮਹੀਨੇ ਦੇ ਵਿੱਚ ਇਹਦੀ ਰਿਪੋਰਟ ਕਰਕੇ ਸਾਰਾ ਕੁਝ ਕਰਕੇ ਮਾਨ ਸਰ ਨੇ ਕਿਹਾ ਔਰ ਮੈਂ ਵੀ ਤੁਹਾਨੂੰ ਕਹਿੰਦਾ ਕਿ ਜੇ ਗੱਲ ਹੋਈ ਉਹ ਨਹੀਂ ਅਸੀਂ ਇਹਦੀ ਵਿਵਾਦੀ ਕਰਾਂਗੇ ਤੇ ਕਾਨੂੰਨੀ ਤੌਰ ਤੇ ਸਿਰਫ ਸਜ਼ਾ ਦੇਵਾਂਗੇ ਫੱਟੀਆਂ ਲਈ ਉਹਨਾਂ ਨੇ ਕੰਮ ਕੀਤਾ ਹੋਇਆ ਸਰਕਾਰੀ ਵਕੀਲ ਨੇ ਉਹ ਇਹਦਾ ਕੇਸ ਲੜਨਗੇ ਕੇਸ ਵੀ ਪੂਰਾ ਤੁਹਾਡੇ ਨਾਮ ਤੁਹਾਡੀ ਕਮੇਟੀ ਦੇ ਨਾਮ ਨਾਲ ਕੇ ਲੜਾਂਗੇ ਤੁਹਾਨੂੰ ਲੜਨ ਦੀ ਜ਼ਰੂਰਤ ਨਹੀਂ ਵਿਚਾਰ ਲੜਕੇ ਜਿਹੜੇ ਕੱਲ ਪੁਲਿਸ ਦੇ ਚੁੱਕਦੇ ਮੈਂ ਉਸ ਲਈ ਡੀਆਈ ਸਾਹਿਬ ਨੂੰ ਤੇ ਐਸਪੀ ਸਾਹਿਬ ਨੂੰ ਅੱਗੇ ਹੁੜੇ ਲੈ ਕੇ ਆਓ ਜਿੱਥੇ ਵੀ ਆ ਗਿਆ ਉਹਨਾਂ ਦਾ ਕੇਸ ਰੱਦ ਕਰੋ ਜਿਹੜਾ ਵੀ ਕੇਸ ਆਇਆ ਉਹਨਾਂ ਤੇ ਉਹ ਕੇਸ ਸਰ ਪੇਲੋ ਸਰ ਵੱਲੋਂ ਚਾਹੀਦਾ ਸ਼ਬਦ ਕੈਬਨਿਟ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਜਦੋਂ ਵਾਰੀ ਆਈ ਮੋਰਚੇ ਦੇ ਆਗੂਆਂ ਦੀ ਤਾਂ ਇਕੱਲੇ ਇਕੱਲੇ ਐਲਾਨ ਦਾ ਉਹਨਾਂ ਨੇ ਮੂੰਹ ਤੇ ਜਵਾਬ ਦੇ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਧੇ ਸਵਾਲਾਂ ਦੀ ਪੁਛਾੜ ਕੀਤੀ ਕਿ ਹਾਂ ਕਿ ਹੁਣ ਤੁਹਾਡਾ ਮੁੱਖ ਮੰਤਰੀ ਆਮ ਨਹੀਂ ਖਾਸ ਹੋ ਗਿਆ ਪੁਰਾਣੇ ਮੁੱਖ ਮੰਤਰੀਆਂ ਤੋਂ ਵੱਧ ਦੇ ਸੁਰੱਖਿਆ ਰੱਖਦੇ ਨੇ ਦੂਸਰਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿੰਦੇ ਡੇਢ ਮਹੀਨੇ ਅੰਦਰ ਬੇਅਦਬੀ ਦਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ ਨਹੀਂ ਤਾਂ ਅਸਤੀਫਾ ਦੇਣ ਦਾ ਵੀ ਉਹ ਗੁਰੂ ਸਾਹਿਬ ਦੀ ਹਜ਼ੂਰੀ ਚ ਵਾਅਦਾ ਕਰਕੇ ਆਏ ਸੀ ਪਰ 2 ਮਹੀਨੇ ਹੋ ਗਏ ਨੇ ਨਾ ਇਨਸਾਫ ਮਿਲਿਆ ਤੇ ਨਾ ਹੀ ਅਸਤੀਫਾ ਮਿਲਿਆ ਹੈ ਕਹਿੰਦੇ ਸਾਨੂੰ ਤੁਹਾਡੀ ਸਰਕਾਰ ਉੱਤੇ ਗੁਰੂ ਸਾਹਿਬ ਦੀ ਹਜ਼ੂਰੀ ਚ ਵਾਅਦਾ ਕਰਨ ਤੇ ਵਿਸ਼ਵਾਸ ਨਹੀਂ ਦੇਹਾ ਮੰਤਰੀ ਸਾਹਿਬ ਨੇ ਵਾਰ-ਵਾਰ ਇਹ ਗੱਲ ਕੀਤੀ ਆ ਕਿ ਪੁਰਾਣਿਆਂ ਨੇ ਕਰਤਾ ਤੇ ਅਸੀਂ ਨਵੇਂ ਚੁਣੇ ਆ ਅਸੀਂ ਜਿਹੜਾ ਤੁਸੀਂ ਬਦਲ ਦਿੱਤਾ ਤੇ ਮੈਂ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਮੰਤਰੀ ਸਾਹਿਬ ਅਸੀਂ ਸੁਣਦੇ ਹੁੰਦੇ ਸੀ ਬਜ਼ੁਰਗਾਂ ਤੋਂ ਕਿ ਜਦੋਂ ਅੰਗਰੇਜ਼ਾਂ ਦੀ ਸਰਕਾਰ ਸੀ ਤਾਂ ਉਦੋਂ ਜਿਹੜੀਆਂ ਪ੍ਰਾਪਰਟੀਆਂ ਕਾਟ ਚ ਕਰਕੇ ਅੰਗਰੇਜ਼ ਹਕੂਮਤ ਮਤਾਂ ਦੀਆਂ ਜ਼ਮੀਨਾਂ ਖੋਹ ਲੈਂਦੀ ਸੀ ਤੇ ਇਹ ਕਿਹੜਾ ਬਦਲਾ ਤੁਸੀਂ 70 ਸਾਲਾਂ ਦੇ ਲੈ ਕੇ ਜਿਹੜਾ ਤੁਸੀਂ ਕਹਿ ਰਹੇ ਆ ਇਹ ਅਸੀਂ ਬਦਲ ਗਏ ਆ ਇਹ ਬਦਲਾ ਨਹੀਂ ਸਾਨੂੰ ਦਾ ਬਦਲਾ ਲੱਗਦਾ ਵੀ ਤੁਸੀਂ ਬਦਲਾ ਲੈ ਰਹੇ ਹੋ ਕਿ ਜੇ ਪੰਜ ਕਿਲੇ ਆ ਰਹੇ ਆ ਆਮ ਬੰਦੇ ਨੂੰ ਜਿਵੇਂ ਤੁਸੀਂ ਕਿਹਾ ਸੀ ਆਸੀਂ ਘਰਾਣੇ ਆ ਜੋ ਉਹ ਨੂੰ ਚੁੜ ਕੇ ਤੇ ਇਤਾ ਤੇ ਇਹ ਜ਼ਮੀਨਾਬੋਝ ਕਰਨ ਦੀ ਕਿਹੜੀ ਗੱਲ ਬਣ ਗਈ ਸੀ ਧਰਨੇ ਵਿੱਚ ਸ਼ਾਮਿਲ ਆਗੂਆਂ ਨੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ 1 ਮਹੀਨੇ ਦੇ ਅੰਦਰ ਅੰਦਰ ਕਮੇਟੀ ਦੀ ਰਿਪੋਰਟ ਤੇ ਐਕਸ਼ਨ ਹੋ ਜਾਏਗਾ ਤਾਂ ਜਿਸ ਤਰੀਕੇ ਦੇ ਨਾਲ ਅਸੀਂ 5 ਮਹੀਨੇ ਤੋਂ ਸ਼ਾਂਤਮਈ ਧਰਨੇ ਤੇ ਬੈਠੇ ਹਾਂ ਉਸੇ ਤਰ੍ਹਾਂ ਅਸੀਂ 1 ਮਹੀਨਾ ਹੋਰ ਬਹਿ ਜਾਣੇ ਆ ਕਿਉਂਕਿ ਜਦੋਂ ਤੱਕ ਇਹ ਸ਼ਰਾਬ ਵਾਲੀ ਫੈਕਟਰੀ ਜਿਹੜੀ ਸਾਡੇ ਲਈ ਮੌਤ ਦਾ ਸਮਾਨ ਵੰਡ ਰਹੀ ਹੈ ਉਹ ਬੰਦ ਨਹੀਂ ਹੁੰਦੀ ਉਦੋਂ ਤੱਕ ਅਸੀਂ ਧਰਨੇ ਤੋਂ ਉੱਠਾਂਗੇ ਨਹੀਂ ਸਿਰਫ ਇੰਨਾ ਹੀ ਨਹੀਂ ਮੋਰਚੇ ਵਿੱਚ ਸ਼ਾਮਲੀ ਕਾਗੂ ਨੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਇਲਾਕੇ ਦੇ ਕਿਸੇ ਵੀ ਅਧਿਕਾਰੀ ਤੇ ਵਿਸ਼ਵਾਸ ਨਹੀਂ ਹੈ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਵੀ ਉਹਨਾਂ ਨੇ ਚੁੱਕਿਆ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਉਹ ਸਾਡਾ ਤਾਂ ਕੋ ਕੰਮ ਹੋਇਆ ਪਾ ਕਿ ਐਨੇ ਮੂਰੇ ਬੀਨੂ ਜਾਣ ਵਾਲਾ ਕਿ ਅਸੀਂ ਬੀਨ ਵਜਾਈ ਜਾ ਰਹੇ ਸੀ ਸਾਡੀ ਧਾਰੀ ਕਿਸੇ ਨੂੰ ਸਮਝ ਨਹੀਂ ਆ ਰਹੀ ਸ਼ਾਇਦ ਰਾਤ ਵੀ ਮੇਰੇ ਤੇ ਇਤਰਾਜ਼ ਕੀਤਾ ਗਿਆ ਸੀ ਕਿ ਭੈਣ ਜੀ ਤੁਸੀਂ ਸਹਿਮਤ ਵੀ ਹੋ ਸਾਨੂੰ ਸਾਡਾ ਜੇ ਸਾਡਾ ਫੈਸਲਾ ਹੋਵੇ ਨਾ ਸਾਡੇ ਹੱਥ ਚ ਹੋਵੇ ਤੇ ਸਾਨੂੰ ਸ਼ਾਂਤੀ ਦੇ ਵਿੱਚ ਕੋਈ ਹਰਜ ਨਹੀਂ ਪਰ ਸਾਡੇ ਮੁਰੇ ਲੋਕ ਆ ਖੜੇ ਆ ਇਹਨਾਂ ਤੋਂ ਬਿਨਾ ਕੋਈ ਸ਼ਾਂਤੀ ਨਹੀਂ ਹੋ ਸਕਦੀ ਸੀ ਮੈਂ ਰਾਤ ਨੂੰ ਇਹ ਗੱਲ ਕਹੀ ਸੀ ਮੈਂ ਮੰਤਰੀ ਸਾਹਿਬ ਤੁਹਾਡੇ ਕੋਲ ਤਬਦੀ ਕਰੂੰਗੀ ਕਿ ਸਾਡੇ ਲੋਕ ਬੈਠੇ ਆ ਇਹ ਦਰਦੀ ਲੋਕ ਨਾ ਜਿਹੜੇ ਇਸ ਮੋਰਚੇ ਦੇ ਨਾਲ ਡਟੇ ਹੋਇਆ ਇਹ ਲੋਕ ਤੋਂ ਲੋਕਾਂ ਤੋਂ ਪਛਵਾ ਤੁਹਾਨੂੰ ਇਹ ਲੋਕ ਸ਼ਾਂਤੀ ਦੇ ਦੇਣਗੇ ਅਸੀਂ ਲੋਕਾਂ ਤੋਂ ਪਹਿਲਾਂ ਅੱਠ ਕੇ ਚਲੇ ਜਾਵਾਂਗੇ ਪਰ ਜਦੋਂ ਤੱਕ ਸਾਡੇ ਲੋਕ ਨਹੀਂ ਕਹਿਣਗੇ ਇੱਥੇ ਸਾਡੀਆਂ ਲਾਸ਼ਾਂ ਵੇਚਣੀਆਂ ਪਰ ਅਸੀਂ ਇਹ ਮੋਰਚਾ ਛੱਡ ਕੇ ਪਾਸੇ ਨਹੀਂ ਹੋਵਾਂਗੇ ਇਹਨਾਂ ਸਾਰਿਆਂ ਦੀ ਗੱਲ ਸੁਣ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਫਿਰ ਜਵਾਬ ਦਿੱਤਾ ਕਿ ਹਾਂ ਕਿ ਉਹਨਾਂ ਨੇ 1 ਮਹੀਨੇ ਦੇ ਅੰਦਰ ਜਾਂਚ ਦਾ ਜੋ ਵਾਅਦਾ ਕੀਤਾ ਹੈ ਉਹ ਪੂਰਾ ਹੋਵੇਗਾ ਮੋਰਚੇ ਦੀ ਗੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾਉਣਗੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਰਕਾਰ ਤੁਹਾਡੇ ਹੱਕ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੇਸ ਲੜੇਗੀ ਇਲਾਕੇ ਦੀ ਮਿੱਟੀ ਦੀ ਜਾਂਚ ਵੀ ਕਰਵਾਈ ਜਾਵੇਗੀ ਤਲੇਵਾਲ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਕਿ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਉਤੇ ਫੌਰਨ ਕਾਰਵਾਈ ਕੀਤੀ ਜਾਵੇ ਖਿੱਦਾਂ ਹ ਜ਼ਮੀਨ ਨੂੰ ਮੈਦ ਦਾ ਪਾਣੀ ਜਿਹੜਾ ਪਹੁੰਚਾਉਣਾ ਹੈ ਹਲੇ ਕੱਲ ਗੰਡਾ ਨਹੀਂ ਪਰ ਮਾਨ ਸਰ ਨੇ ਆਪ ਇਹਨਾਂ ਨੂੰ ਦੱਸਿਆ ਕਿ ਅਸੀਂ ਵੱਲ ਜਿਹੜਾ ਉਹ ਹਰ ਖੇਤ ਨੂੰ ਮੈਦ ਦਾ ਪਾਣੀ ਜਿਹੜਾ ਦੇਣਾ ਚਾਹੁੰਦੇ ਆ ਇੱਕ ਜਿਹੜਾ ਮਿੱਟੀ ਜਿਹੜੀ ਕਿਥੇ ਉਪਜਾਊ ਪੱਖੋਂ ਜਿਹੜੀ ਮਿੱਟੀ ਦਾ ਮਤਲਬ ਜਿਹੜੀ ਕੱਠੀ ਹੈ ਇਹਦੇ ਬਾਰੇ ਵੀ ਇੱਕ ਜਿਹੜੀ ਖੋਜ ਕਮੇਟੀ ਜਿਹੜੀ ਬਣੂਗੀ ਜਿਹਦੇ ਕੋਲ ਤੁਹਾਡੇ ਕੋਲ ਡਾਕਟਰ ਕੰਨੇ ਆ ਗਏ ਆ ਉਹ ਤੁਸੀਂ ਵੀ ਦੇ ਰਹੇ ਹੋ ਔਰ ਨਾਲ ਸਰਕਾਰੀ ਉੱਥੋਂ ਸਾਬੀ ਘੁੰਮੀ ਅਸੀਦੇ ਇਤਬਾਰ ਬਣਦੇ ਡਾਕਟਰ ਆਉਣਗੇ ਉਹ ਤੁਸੀਂ ਉਹਦਾ ਜਿਹੜਾ ਬੈਠ ਕੇ ਉਹਦਾ ਨਰਸਿਸ ਕਰਕੇ ਜਿਹੜਾ ਹਰ ਸੀ ਦਾ ਪੰਜ ਕਮੇਟੀਆਂ ਮਾਨ ਸਾਹਿਬ ਨੇ ਕੱਲ ਤੈਅ ਕੀਤੀਆਂ ਤੁਹਾਡੀ ਕਮੇਟੀ ਜਿਹੜੀ ਮੀਟਿੰਗ ਕਰਨ ਗਈ ਸੀ ਉਹਦੇ ਨਾਲ ਕੇ ਪੰਜ ਕਮੇਟੀਆਂ ਜਿਹੜੀਆਂ ਉਹ ਬਣ ਗਈਆਂ ਪੰਜ ਕਮੇਟੀਆਂ ਇੱਕ ਮਹੀਨੇ ਦੇ ਵਿੱਚ ਵਿੱਚ ਤਾਂ ਵੀ ਉਹਨੇ ਰਿਪੋਰਟ ਕੀਤਾ ਕੱਲ ਤੁਹਾਡੀ ਕਮੇਟੀ ਦੇ ਨਾਲ ਕਿ 1 ਮਹੀਨੇ ਦੇ ਵਿੱਚ ਇਹਦੀ ਰਿਪੋਰਟ ਕਰਕੇ ਸਾਰਾ ਕੁਝ ਕਰਕੇ ਇਸ ਮਸਲੇ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਹੈ ਹਾਲਾਂਕਿ ਉੱਥੇ ਹਾਲੇ ਤੱਕ ਮੋਰਚੇ ਵਾਲੀ ਥਾਂ ਤੇ ਜਿਹੜੀ ਜਿਹੜਾ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਸੀ ਵੱਡੀ ਗਿਣਤੀ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਤਾਇਨਾਤ ਹੈ ਅਤੇ ਮੋਰਚੇ ਤੇ ਬੈਠੇ ਜਿਹੜੇ ਪ੍ਰਦਰਸ਼ਨਕਾਰੀ ਲੋਕ ਨੇ ਜਿਨ੍ਹਾਂ ਦਾ ਸਾਥ ਕਿਸਾਨ ਜਥੇਬੰਦੀ ਵੀ ਦੇ ਰਹਿਆਂ ਨੇ ਉਹਨਾਂ ਨੇ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ ਐਤਵਾਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਸੋ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਸਪਸ਼ਟ ਹੋ ਚੁੱਕਿਆ ਕਿ ਸ਼ੁੱਕਰਵਾਰ ਰਾਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੋਰਚੇ ਦੇ ਜਿਹੜੇ ਵਫ਼ਦ ਨੇ ਗੱਲਬਾਤ ਤੋਂ ਸੰਤੁਸ਼ਟੀ ਜਤਾਈ ਸੀ ਉਹ ਸਵੇਰ ਤੱਕ ਆਉਂਦੇ ਆਉਂਦੇ ਬਦਲ ਗਈ ਧਰਨੇ ਵਾਲੀ ਥਾਂ ਤੇ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਨੂੰ ਲੋਕਾਂ ਨੇ ਖਰੀਆਂ ਖਰੀਆਂ ਸੁਣਾ ਕੇ ਵਾਪਸ ਮੋੜ ਦਿੱਤਾ ਤੇ ਜਿਸ ਦੀ ਉਮੀਦ ਸ਼ਾਇਦ ਉਹਨਾਂ ਨੇ ਨਹੀਂ ਕੀਤੀ ਸੀ ਕਿਉਂਕਿ ਮੰਤਰੀ ਖੁਦ ਇਸ ਗੱਲ ਦੀ ਇਸ ਮੀਟਿੰਗ ਦਾ ਜਿਹੜਾ ਜਿਹੜੀ ਆਊਟਪੁੱਟ ਸੀ ਮੀਟਿੰਗ ਦਾ ਤੀਜਾ ਸੀ ਉਹ ਉੱਥੇ ਲੋਕਾਂ ਨੂੰ ਦੇਣ ਗਏ ਸੀ ਇੱਕ ਵੱਡੀ ਆਸ ਦੇ ਨਾਲ ਗਏ ਹੋਣਗੇ ਕਿ ਸ਼ਾਇਦ ਧਰਨਾ ਲੋਕ ਚੁੱਕ ਦੇਣਗੇ ਭਰੋਸੇ ਵਿੱਚ ਆ ਕੇ ਪਰ ਲੋਕ ਹੁਣ ਸਰਕਾਰਾਂ ਦੇ ਰੰਮਸ ਨੂੰ ਸਮਝ ਚੁੱਕੇ ਨੇ ਸ਼੍ਰੀ ਅਕਾਲ ਤੱਕ ਸਾਹਿਬ ਦੇ ਮਤਵਾਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ਼ਨੀਚਰਵਾਰ ਨੂੰ 2005 ਦੇ ਕੇਸਾਂ ਦੀ ਸੁਣਵਾਈ ਦੇ ਲਈ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਨਿੱਜੀ ਪੇਸ਼ੀ ਹੈ ਉਹ ਸੰਭਵ ਨਹੀਂ ਹੋ ਸਕੀ ਹੈ ਇੱਕ ਦਿਨ ਪਹਿਲਾਂ ਇੱਕ ਖਬਰ ਵੱਡੇ ਪੱਧਰ ਤੇ ਚੱਲੀ ਸੀ ਕਿ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਪਰ ਹਵਾਰਾ ਦੀ ਸ਼ਿਫਟਿੰਗ ਦੇ ਵਿੱਚ ਹਾਲ ਦੀ ਘੜੀ ਅੜਚਣ ਪਈ ਦਿਖਾਈ ਦੇ ਰਹੀ ਹੈ ਹਵਾਰਾ ਕਮੇਟੀ ਦੇ ਮੈਂਬਰ ਦੇ ਨਾਲ ਦਾ ਖਾਲਸ ਟੀਵੀ ਨੇ ਗੱਲਬਾਤ ਕੀਤੀ ਹੈ ਤਾਂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਾਮ ਰਹੀਮ ਵਰਗਿਆਂ ਨੂੰ ਜ਼ਮਾਨਤਾਂ ਤੱਕ ਮਿਲ ਜਾਂਦੀਆਂ ਨੇ ਜਿਹੜੇ ਕਿ ਕਤਲ ਦੇ ਵੀ ਦੋਸ਼ੀ ਨੇ ਬਲਾਤਕਾਰ ਦੇ ਵੀ ਦੋਸ਼ੀ ਨੇ ਇਹੋ ਜਿਹੇ ਦੋਸ਼ੀਆਂ ਬਾਰੇ ਸੁਰੱਖਿਆ ਦੀ ਕੋਈ ਗੱਲ ਨਹੀਂ ਹੁੰਦੀ 40 40 ਦਿਨ ਇਹ ਪੈਰੋਲ ਤੇ ਬਾਹਰ ਰਹਿੰਦੇ ਨੇ ਪਰ ਹਵਾਰਾ ਖਿਲਾਫ 2005 ਤੋਂ ਦਰਜ ਕੇਸ ਨੂੰ ਹੁਣ ਤੱਕ ਜਾਣ ਬੁਝ ਕੇ ਲਟਕਾਇਆ ਜਾ ਰਿਹਾ ਹੈ ਹਵਾਰਾ ਨੂੰ ਬੁੜੈਲ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੇ ਮਾਮਲੇ ਤੇ ਬੋਲਦਿਆਂ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਹਾਲੇ ਤੱਕ ਹਵਾਰਾ ਨੂੰ ਸ਼ਿਫਟ ਵੀ ਨਹੀਂ ਕੀਤਾ ਗਿਆ ਅਗਲੇ ਐਕਸ਼ਨ ਬਾਰੇ ਬੋਲਦਿਆਂ ਹਵਾਰਾ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਅਸੀਂ ਅਦਾਲਤ ਦੇ ਵਿੱਚ ਦੱਸਾਂਗੇ ਕਿ ਹਵਾਰਾ ਨੂੰ ਤਿਹਾੜ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਸ਼ਿਫਟ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੈ ਜਿਹੜੀ ਉਹ ਤੈਅ ਕੀਤੀ ਜਾਵੇਗੀ ਦਿੱਲੀ ਅੰਦੋਲਨ ਦੇ ਵਿੱਚ ਕਿਸਾਨਾਂ ਤੇ ਜਿਹੜੇ ਪਰਚੇ ਦਰਜ ਕੀਤੇ ਗਏ ਸੀ ਉਹ ਰੱਦ ਕੀਤੇ ਜਾਣਗੇ ਇੱਕ ਵਾਰ ਫਿਰ ਸੈਂਟਰ ਸਰਕਾਰ ਨੇ ਦਾਵਾ ਕੀਤਾ ਹੈ ਰਾਜ ਸਭਾ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਖੋਦੇ ਜਾਣਕਾਰੀ ਦਿੱਤੀ ਹੈ ਰੇਲ ਮੰਤਰਾਲੇ ਨੇ ਆਰਪੀਐਫ ਨੂੰ ਕੇਸ ਰੱਦ ਕਰਨ ਦੇ ਲਈ ਆਦੇਸ਼ ਦੇ ਦਿੱਤੇ ਨੇ ਤੇ 86 ਹੋਰ ਕੇਸ ਨੇ ਜਿਹੜੇ ਉਹ ਰੱਦ ਹੋਣਗੇ ਦਰ ਅਸਲ ਰਾਜ ਸਭਾ ਦੇ ਵਿੱਚ ਦਿਪਿੰਦਰ ਹੁੱਡਾ ਨੇ ਇਹ ਸਵਾਲ ਪੁੱਛਿਆ ਸੀ ਜਿਸ ਦਾ ਜਿਹੜਾ ਹੈਗਾ ਨਰੇਂਦਰ ਤੋਮਰ ਨੇ ਲਿਖਤੀ ਜਵਾਬ ਦਿੱਤਾ ਹੈ ਇਕ ਕਿਸਾਨਾਂ ਦੇ ਲਈ ਵੱਡੀ ਰਾਹਤ ਵਾਲੀ ਗੱਲ ਹੋਏਗੀ ਜੇ ਸੱਚਮੁੱਚ ਆਉਂਦੇ ਦਿਨਾਂ ਵਿੱਚ ਕਿਸਾਨਾਂ ਦੇ ਖਿਲਾਫ ਦਰਜ ਸਾਰੇ ਕੇਸ ਰੱਦ ਹੋ ਜਾਂਦੇ ਨੇ ਤੇ ਕਿਸਾਨਾਂ ਦੀਆਂ ਪਹਿਲੀਆਂ ਜਿਹੜੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਦੇ ਵਿੱਚੋਂ ਇੱਕ ਮੰਗ ਵੀ ਹੈ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਸੋਮਵਾਰ ਤੱਕ ਲਗਾਤਾਰ ਜਾਰੀ ਰਹੇਗੀ ਪਨ ਵਸਤੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਰਕੇ 1800 ਸਰਕਾਰੀ ਬੱਸਾਂ ਸੋਮਵਾਰ ਤੱਕ ਸੜਕਾਂ ਤੇ ਨਹੀਂ ਦੌੜਨਗੀਆਂ ਪਨ ਵਸਤੀ ਹੜਤਾਲ ਦੇ ਕਾਰਨ ਮੋਗਾ ਲੁਧਿਆਣਾ ਫਿਰੋਜ਼ਪੁਰ ਜਲੰਧਰ ਸਮੇਤ ਹੋਰ ਸ਼ਹਿਰਾਂ ਦੇ ਵਿੱਚ ਸਵਾਰੀਆਂ ਨੂੰ ਸਫ਼ਰ ਕਰਨ ਵਾਸਤੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਬੀਬੀਆਂਾਂ ਦੀਆਂ ਜਿਹੜੀਆਂ ਸਵਾਰੀਆਂ ਨੇ ਉਹ ਜ਼ਿਆਦਾ ਖੱਜਲਖਵਾਨ ਹੁੰਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਨੇ ਔਰਤਾਂ ਵਾਸਤੇ ਸਰਕਾਰੀ ਬੱਸਾਂ ਦਾ ਕਿਰਾਇਆ ਜਿਹੜਾ ਉਹ ਮੁਫਤ ਕੀਤਾ ਹੋਇਆ ਹੈ ਪੰਜਾਬ ਰੋਡਵੇਜ਼ ਤੇ ਪਨਵਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਸਰਕਾਰ ਦੇ ਨਾਲ 16 ਦਸੰਬਰ ਨੂੰ ਮੀਟਿੰਗ ਹੋਈ ਸੀ ਬੇ ਸਿੱਟਾ ਰਹੀ ਪਰ ਸੋਮਵਾਰ ਨੂੰ ਯੂਨੀਅਨ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਦੇ ਨਾਲ ਮੋੜ ਮੀਟਿੰਗ ਹੋਣੀ ਹੈ ਜੇ ਇਸ ਮੌਕੇ ਸਰਕਾਰ ਤੇ ਯੂਨੀਅਨ ਦੇ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਨਹੀਂ ਤਾਂ ਇਹ ਹੜਤਾਲ ਹੋਰ ਵੀ ਲੰਬੀ ਹੋ ਸਕਦੀ ਹੈ ਯੂਨੀਅਨ ਦੀਆਂ ਮੰਗਾਂ ਨੇ ਕਿ ਆਊਟਸੋਰਸ ਤੇ ਠੇਕਾ ਪਰਤੀਬੰਦ ਕੀਤੀ ਜਾਵੇ ਤਨਖਾਹਾਂ ਸਮੇਸਰ ਦਿੱਤੀ ਜਾਵੇ ਅਤੇ ਜਿਹੜੀਆਂ ਤਨਖਾਹਾਂ ਨੇ ਉਹ ਵੀ ਵਧਾਈਆਂ ਜਾਣ ਸਮੇਸਰ ਲਾਗੂ ਇਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੁਲਾਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਗਵ ਛੱਡਾ ਦੀ ਸ਼ਿਕਾਇਤ ਲਾਈ ਹੈ ਖਹਿਰਾ ਨੇ ਦੋਸ਼ ਲਾਇਆ ਕਿ ਰਾਗਵ ਛੱਡਾ ਦੇ ਚੰਡੀਗੜ੍ਹ ਦੇ ਸੈਕਟਰ 50 ਦੇ ਹਾਊਸ ਨੰਬਰ 2 ਵਾਲੇ ਸਰਕਾਰੀ ਘਰ ਨੂੰ ਜਾਣ ਲਈ ਲੇਕ ਰੋਡ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਾਹ ਦੀ ਉਸਾਰੀ ਕੀਤੀ ਜਾ ਰਹੀ ਹੈ ਖੈਰਾਂ ਨੇ ਤਸਵੀਰਾਂ ਵੀ ਵਾਕਾਇਦਾ ਜਾਰੀ ਕਰਦੇ ਹੋਏ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਦੇ ਮਾਸਟਰ پلان ਦੀ ਉਲੰਘਣਾ ਹੈ ਛੱਡਾ ਦੀ ਸਹੂਲਤ ਲਈ ਜਾਣਬੁੱਝ ਕੇ ਸ਼ਨੀਚਰਵਾਰ ਨੂੰ ਰਾਹ ਦੀ ਉਸਾਰੀ ਲਈ ਚੁਣਿਆ ਗਿਆ ਤਾਂ ਕਿ ਕੋਈ ਕਾਨੂੰਨੀ ਅੜਚਣ ਨਾ ਆਵੇ ਖੈਰਾਂ ਨੇ ਦਾਵਾ ਕੀਤਾ ਕਿ ਇਲਾਕੇ ਦੇ ਲੋਕ ਵੀ ਇਸ ਗੈਰ ਕਾਨੂੰਨੀ ਉਸਾਰੀ ਤੋਂ ਪਰੇਸ਼ਾਨ ਨੇ ਤੇ ਉਹਨਾਂ ਨੇ ਇਹ ਮਸਲਾ ਚੁੱਕਣ ਦੀ ਉਹਨਾਂ ਨੂੰ ਅਪੀਲ ਕੀਤੀ ਹੈ ਖੈਰਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਫੌਰੀ ਇਸ ਦਾ ਨੋਟਿਸ ਲਿਆ ਜਾਵੇ ਚੰਡੀਗੜ੍ਹ ਦੇ ਡੀਸੀ ਨੂੰ ਨਿਰਦੇਸ਼ ਦੇ ਕੇ ਸੜਕ ਦੀ ਉਸਾਰੀ ਰੁਕਵਾਈ ਜਾਵੇ ਖਬਰ ਪੜੇ ਜਾਣ ਤੱਕ ਰਾਜਪਾਲ ਜਾਂ ਰਾਗਵ ਚੰਡਾ ਦਾ ਇਸ ਮਸਲੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਰਾਜਪਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਤਣਾਅ ਹੁੰਦਾ ਰਹਿੰਦਾ ਹੈ ਤਾਂ ਇਸ ਮੁੱਦੇ ਨੂੰ ਹੋ ਸਕਦਾ ਹੈ ਕਿ ਰਾਜਪਾਲ ਗੰਭੀਰਤਾ ਦੇ ਨਾਲ ਜ਼ਰੂਰ ਲੈਣ ਅਮਰੀਕਾ ਦੇ ਵਿੱਚ ਗੈਂਗਸਟਰ 골ਡੀ ਬਰਾੜ ਦੀ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹਾਲੇ ਤੱਕ ਭੇਦ ਬਣੀ ਹੋਈ ਹੈ ਐਨਡੀ ਟੀਵੀ ਹਿੰਦੀ ਚੈਨਲ ਨੇ ਖਬਰ ਦੇ ਵਿੱਚ ਦਾਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੈਂਗਸਟਰ 골ਡੀ ਬਰਾੜ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਦਾਅਵੇ ਤੇ ਐਨਡੀ ਟੀਵੀ ਨੂੰ ਖਾਸ ਤੌਰ ਤੇ ਬਿਆਨ ਦਿੱਤਾ ਹੈ ਮੁੱਖ ਮੰਤਰੀ ਨੂੰ ਚੈਨਲ ਨੇ ਗੈਂਗਸਟਰ ਦੀ ਗ੍ਰਿਫਤਾਰੀ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਮੋੜ ਦਾਵਾ ਕੀਤਾ ਕਿ ਅਸੀਂ FBI ਦੇ ਸੰਪਰਕ ਦੇ ਵਿੱਚ ਹਾਂ ਯਾਨੀ ਕਿ ਅਮਰੀਕਾ ਦੀ ਪੁਲਿਸ ਦੇ ਸੰਪਰਕ ਦੇ ਵਿੱਚ ਹਾਂ ਤੇ ਬਹੁਤ ਛੇਤੀ ਅਸੀਂ ਕਿਸੇ ਨਤੀਜੇ ਤੇ ਪਹੁੰਚਾਂਗੇ ਇਹ ਵਿਦੇਸ਼ੀ ਮੁਲਕ ਹੈ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ ਉਹ ਜਾਣਕਾਰੀ ਨਹੀਂ ਦੇ ਸਕਦਾ ਸਭ ਕੁਝ ਟੌਪ ਸੀਕ੍ਰੇਟ ਹੈ ਮੁੱਖ ਮੰਤਰੀ ਨੇ ਇਹ ਵੀ ਦਾਵਾ ਕੀਤਾ ਕਿ ਅਧਿਕਾਰੀ ਲਗਾਤਾਰ ਕੌਮਾਂਤਰੀ ਏਜੰਸੀਆਂ ਦੇ ਸੰਪਰਕ ਦੇ ਵਿੱਚ ਨੇ ਹਾਲਾਂਕਿ ਇਸ ਵਾਰੀ ਇਸ ਬਿਆਨ ਦੇ ਵਿੱਚ ਮੁੱਖ ਮੰਤਰੀ ਨੇ ਇਹ ਦਾਵਾ ਨਹੀਂ ਕੀਤਾ ਕਿ ਗੋਲਡੀ ਬਰਾੜ ਗ੍ਰਿਫਤਾਰ ਹੋ ਚੁੱਕਿਆ ਹੈ ਜਿਵੇਂ ਉਹਨਾਂ ਨੇ ਗੁਜਰਾਤ ਵਿੱਚ ਚੋਣ ਪ੍ਰਚਾਰ ਕਰਦੇ ਆਂ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਸੀ ਇਸੇ ਕਰਕੇ ਵਿਰੋਧੀ ਲਗਾਤਾਰ ਮੁੱਖ ਮੰਤਰੀ ਮਾਨ ਨੂੰ ਘੇਰ ਰਹੇ ਨੇ ਕਿਉਂਕਿ ਇੱਕ ਦਿਨ ਪਹਿਲਾਂ ਡੀਜੀਪੀ ਗੌਰਵ ਯਾਦਵ ਨੂੰ ਵੀ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਕਿ ਗੈਂਗਸਟਰ ਗੋਲਡੀ ਬਰਾੜ ਦਾ ਕੀ ਸਟੇਟਸ ਹੈ ਉਸਦੀ ਗ੍ਰਿਫਤਾਰੀ ਦਾ ਕੀ ਬਣਿਆ ਤਾਂ ਡੀਜੀਪੀ ਨੇ ਇੰਨਾ ਕਹਿ ਕੇ ਗੱਲ ਸਾਰ ਦਿੱਤੀ ਸੀ 노 ਕਮੈਂਟਸ ਐਨਡੀਟੀਵੀ ਦੀ ਇਸ ਖਬਰ ਨੂੰ ਸਾਂਝੀ ਕਰਦੇ ਹੋਏ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ ਆਤਮ ਮੰਥਨ ਤੋਂ ਬਾਅਦ ਇਹ ਮੁੱਖ ਮੰਤਰੀ ਦਾ ਕਬੂਲਨਾਮਾ ਹੈ ਇਸੇ ਕੇ ਮੁੱਖ ਮੰਤਰੀ ਨੂੰ ਹੁਣ ਗੋਲਡੀ ਬਰਾ ਦੇ ਗ੍ਰਿਫਤਾਰੀ ਦੀ ਪਰਮਾਉ ਜਾਣਕਾਰੀ ਦੇਣ ਅਤੇ ਦੇਣਤੇ ਪੰਜਾਬੀਆਂ ਸਮੇਤ ਮੂਸੇਵਾਲੇ ਦੇ ਮਾਪਿਆਂ ਤੋਂ ਮਾਫੀ ਮੰਗਣ ਦੇ ਨਾਲ-ਨਾਲ ਆਪਣੇ ਅਹੁਦੇ ਤੋਂ ਅਸਤੀਫਾ ਦੀ ਵੀ ਦੇਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਨੇ ਸਿਰਫ ਗੁਜਰਾਤ ਚੋਣ ਮੁਹਿੰਮ ਦੇ ਵਿੱਚ ਲਾਹਾ ਲੈਣ ਖਾਤਰ ਇੱਕ ਗਲਤ ਖਬਰ ਲੋਕਾਂ ਨੂੰ ਦਿੱਤੀ ਉਧਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਥਾਰ ਹੁਣ ਮੂਸੇਵਾਲੇ ਦੇ ਘਰੇ ਪਹੁੰਚ ਗਈ ਹੈ ਪਿੰਡ ਮੂਸਾ ਦੇ ਵਿੱਚ ਮਾਪਿਆਂ ਦੇ ਕੋਲ ਪਹੁੰਚ ਗਈ ਹੈ ਇਸੇ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਸਵਾਰ ਸੀ ਜਦੋਂ 29 ਮਈ ਨੂੰ ਉਸ ਦਾ ਭਿਆਨਕ तरीके ਦੇ ਨਾਲ ਮਾਨਸਾ ਦੇ ਪਿੰਡ ਜਵਾਰਕੇ ਦੇ ਵਿੱਚ ਕਤਲ ਕੀਤਾ ਗਿਆ ਸੀ ਥਾਰ ਨੂੰ ਘਰ ਵਾਪਸ ਆਏ ਦੇਖ ਕੇ ਮੂਸੇਵਾਲੇ ਦੇ ਮਾਪੇ ਭਾਵੁਕ ਹੋ ਗਏ ਕੋਰਟ ਦੀਆਂ ਕੁਝ ਸ਼ਰਤਾਂ ਦੇ ਨਾਲ ਮੂਸੇਵਾਲੇ ਦੇ ਮਾਪਿਆਂ ਨੂੰ ਇਹ ਥਾਰ ਸੌਂਪੀ ਗਈ ਹੈ ਅਦਾਲਤ ਨੇ ਸ਼ਰਤ ਰੱਖੀ ਹੈ ਕਿ ਥਾਰ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਬਦਲਾਅ ਨਹੀਂ ਕੀਤਾ ਜਾ ਸਕੇਗਾ ਖਾਸ ਕਰਕੇ ਉਦੋਂ ਤੱਕ ਜੋ ਤੱਕ ਗਵਾਹਾਂ ਚੱਲ ਰਹੀਆਂ ਨੇ ਇਸ ਥਾਰ ਦਾ ਰੰਗ ਜਾਂ ਢਾਂਚਾ ਕੁਝ ਵੀ ਬਦਲਿਆ ਨਹੀਂ ਜਾ ਸਕਦਾ ਸਮਾਨਾ ਤੋਂ ਖਬਰ ਹੈ ਜਿੱਥੇ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਪੰਚਾਇਤੀ ਜ਼ਮੀਨ ਤੇ ਯੂਨੀਵਰਸਿਟੀ ਬਣਾਉਣ ਦਾ ਮਸਲਾ ਹੈ ਜਿਸ ਦਾ ਵਿਰੋਧ ਕਿਸਾਨਾਂ ਨੇ ਕੀਤਾ ਹੈ ਕਿਸਾਨਾਂ ਨੇ ਜ਼ਮੀਨ ਤੇ ਲੱਗੇ ਹੋਏ ਬੋਰਡਾਂ ਨੂੰ ਵੀ ਹਟਾ ਦਿੱਤਾ ਸਬਾਣਾ ਦੇ ਪਿੰਡ ਪਹਾੜਪੁਰ ਦੇ ਵਿੱਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ਹੈ ਕੁਝ ਦਿਨ ਪਹਿਲਾਂ ਵੀ ਕਿਸਾਨਾਂ ਨੇ ਜ਼ਮੀਨ ਤੇ ਕਬਜ਼ਾ ਲੈਣ ਗਈ ਟੀਮ ਦਾ ਵਿਰੋਧ ਕੀਤਾ ਸੀ ਅਤੇ ਹੁਣ ਫੇਰ ਕਿਸਾਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਹਾਲ ਦੀ ਘੜੀ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਨਹੀਂ ਹੋ ਸਕੀ ਹੈ ਸ਼੍ਰਮnik ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਅਦਾ ਕਰਦਿਆਂ ਸ਼ਨੀਚਰਵਾਰ ਨੂੰ ਪਾਰਟੀ ਦੇ 25 ਜਨਰਲ ਸਕੱਤਰਾਂ ਦਾ ਐਲਾਨ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਦੇ ਮੁਤਾਬਕ 90% ਦੀ ਨੌਜਵਾਨ ਆਗੂਆਂ ਨੂੰ ਜਥੇਬੰਦਕ ਢਾਂਚੇ ਦੇ ਵਿੱਚ ਅਹਿਮ ਥਾਂ ਦਿੱਤੀ ਗਈ ਹੈ। ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਦੇ ਵਿੱਚ ਜਿਹੜਾ ਹਾਈਵੇ ਦੇ ਉੱਤੇ ਪੱਕਾ ਮੋਰਚਾ ਲੱਗਿਆ ਹੋਇਆ ਹੈ 15 ਦਸੰਬਰ ਨੂੰ ਇਸ ਪੱਕੇ ਮੋਰਚੇ ਤੇ ਬੈਠੇ ਤਰਨਾਕਾਰੀਆਂ ਨੇ ਇੱਕ ਪਾਸੇ ਦਾ ਰੋਡ ਜਾਮ ਕਰ ਦਿੱਤਾ ਹੈ। ਇਸ ਦਰਮਿਆਨ ਇੱਕ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇਸ ਬੇਅਦਬੀ ਇਨਸਾਫ਼ ਮੋਰਚੇ ਦੀ ਅਗਵਾਈ ਕਰਨ ਲੇ ਪੀੜਤ ਨੌਜਵਾਨ ਸੁਖਰਾਜ ਸਿੰਘ ਨਿਆਮੀ ਵਾਲਾ ਤੇ ਦੂਸਰੇ ਪੀੜਤ ਪਰਿਵਾਰ ਨੇ ਸਵਾਲ ਚੁੱਕੇ ਨੇ ਬਹਿਬਲ ਕਲਾ ਮੋਰਚੇ ਦੇ ਦੂਜੇ ਸ਼ਹੀਦ ਮ੍ਰਿਤਕ ਗੁਰਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਅਜਿਹੇ ਧਰਨਿਆਂ ਦੇ ਨਾਲ ਸਿਰਫ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਾਂਚ ਤੇ ਉਲਟਾ ਅਸਰ ਪੈਂਦਾ ਹੈ ਅਜਿਹੇ ਧਰਨਿਆਂ ਦੇ ਨਾਲ ਇਨਸਾਫ ਨਹੀਂ ਮਿਲਦਾ ਇਸ ਮਸਲੇ ਤੇ ਮੋਰਚੇ ਦੀ ਅਗਵਾਈ ਕਰਨ ਵਾਲੇ ਨੌਜਵਾਨ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਤਾਂ ਕੋਈ ਖਾਸ ਪ੍ਰਤੀਕਰਮ ਨਹੀਂ ਦਿੱਤਾ ਹੈ ਕੁਝ ਵੀ ਕਹਿਣ ਤੋਂ ਆ ਹਾਲ ਦੀ ਘੜੀ ਉਹਨਾਂ ਨੇ ਪਾਸਾ ਹੀ ਵਟਿਆ ਕਿਉਂਕਿ ਪਿਛਲੇ ਦਿਨੀ ਵੀ ਅਜਈਆਂ ਖਬਰਾਂ ਅਿਆਂ ਅਿਆਂ ਸੰਕੇ ਮੋਰਚਾ ਮੋਰਚੇ ਦੀ ਅਗਵਾਈ ਕਰਨ ਵਾਲੇ ਪਰਿਵਾਰਾਂ ਨੇ ਪਰਿਵਾਰਾਂ ਦੇ ਵਿੱਚ ਮਤਭੇਦ ਹੋ ਗਿਆ ਹੈ ਤਾਂ ਸੁਖਰਾਜ ਸਿੰਘ ਨੇ ਕਿਹਾ ਸੀ ਕਿ ਅਸੀਂ ਮਿਲ ਬੈ ਕੇ ਆਪਸ ਦੇ ਵਿੱਚ ਵਿਚਾਰ ਕਰ ਲਵਾਂਗੇ ਮਸਲਾ ਨਵੇੜ ਲਵਾਂਗੇ ਕੋਈ ਵੱਡੀ ਗੱਲ ਨਹੀਂ ਹੈ ਮੀਡੀਆ ਜ਼ਿਆਦਾ ਤੂਲ ਦੇ ਰਿਹਾ ਪਰ ਉਹਨਾਂ ਨੇ ਇਨਸਾਫ ਵਾਲੀ ਗੱਲ ਤੇ ਆਮ ਆਦਮੀ ਪਾਰਟੀ ਤੇ ਜ਼ਰੂਰ ਤੰਜ ਕੱਸਿਆ ਹੈ ਖਾਸ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੋਸਟ ਲਿਖੀ ਹੈ ਕਿ ਨਾਰਵੇ ਵਾਲੇ ਗੋਰੇ ਅੰਗਰੇਜ਼ ਵੀਰ ਨੂੰ ਇਨਸਾਫ 48 ਘੰਟੇ ਚ ਮਿਲ ਗਿਆ ਪਰ ਅਫਸੋਸ 24 ਘੰਟੇ ਵਾਲੇ ਬਿਆਨ ਦਾ ਹਾਲੇ ਤੱਕ ਕੁਝ ਨਹੀਂ ਬਣਿਆ ਅਰਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਨੇ ਦਾਅਵਾ ਕੀਤਾ ਸੀ ਕਿ ਜੋ ਸਾਡੀ ਸਰਕਾਰ ਬਣ ਗਈ ਤਾਂ 24 ਘੰਟਿਆਂ ਦੇ ਵਿੱਚ ਬਿਹਤਰੀ ਦਾ ਇਨਸਾਫ ਹੋਏਗਾ ਤਾਂ ਇਸ ਦੀ ਤੁਲਨਾ ਉਸ ਬਿਆਨ ਦੀ ਤੁਲਨਾ ਲੁਧਿਆਣਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਨਾਰਵੇ ਤੋਂ ਜਿਹੜੇ ਇੱਥੇ ਨੌਜਵਾਨ ਭਾਰਤ ਘੁੰਮਣ ਆਏ ਹੋਏ ਨੇ ਉਸ ਨਾਰਵੇ ਦੇ ਨੌਜਵਾਨ ਮੁੰਡੇ ਦਾ ਅੰਗਰੇਜ਼ ਮੁੰਡੇ ਦਾ ਮੋਬਾਈਲ ਚੋਰੀ ਹੋ ਗਿਆ ਸੀ ਤਾਂ ਲੁਧਿਆਣਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ 48 ਘੰਟਿਆਂ ਦੇ ਵਿੱਚ ਮੋਬਾਈਲ ਚੋਰ ਤੋਂ ਮੋਬਾਈਲ ਵਾਪਸ ਲਿਆ ਕੇ ਗੋਰੇ ਨੂੰ ਦੇ ਦਿੱਤਾ ਸੀ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਜਗਦੀਸ਼ ਸਿੰਘ ਝਿੰਡਾ ਨੇ ਐਡ ਹੌਕ ਕਮੇਟੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਝਿੰਡਾ ਨੇ ਕਮੇਟੀ ਵਿੱਚ ਆਪਣੇ ਸਾਥੀਆਂ ਨੂੰ ਸ਼ਾਮਲ ਨਾ ਕਰਨ ਤੇ ਰੋਸ ਵੀ ਪ੍ਰਗਟਾਇਆ ਹੈ ਤੇ ਐਤਵਾਰ ਨੂੰ ਕੁਰਕ ਖੇਤਰ ਦੇ ਵਿੱਚ ਜਗਦੀਸ਼ ਸਿੰਘ ਝਿੰਡਾ ਨੇ ਮੀਟਿੰਗ ਵੀ ਸੱਦ ਲਈ ਹੈ ਤੇ ਮੀਟਿੰਗ ਦੇ ਵਿੱਚ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਐਚਐਸਜੀ ਪੀਸੀ ਦੇ ਨਵੇਂ ਪ੍ਰਧਾਨ ਦੀ ਚੋਣ 21 ਦਸੰਬਰ ਨੂੰ ਹੋਣੀ ਹੈ ਤੇ ਇਸ ਤੋਂ ਵੀ ਇੱਕ ਦਿਨ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਇਸ ਦਰਮਿਆਨ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਐਸਜੀਪੀਸੀ ਨੂੰ ਖਾਸ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਣ ਖੁੱਲੇ ਦਿਲ ਦੇ ਨਾਲ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੌਂਪ ਦੇਣਾ ਚਾਹੀਦਾ ਹੈ ਦਾਦਵਾਲ ਨੇ ਕਿਹਾ ਕਿ 21 ਦਸੰਬਰ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਚੋਣਾਂ ਕੁਰਕਸ਼ੇਤਰ ਦੇ 6ਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਕਰਵਾਈਆਂ ਜਾਣਗੀਆਂ ਸੋ ਇਹ ਚੋਣ ਕਾਫੀ ਦਿਲਚਸਪ ਰਹੇਗੀ ਕਿ ਇਹਨਾਂ ਚੋਣਾਂ ਦੇ ਵਿੱਚ ਪ੍ਰਧਾਨਗੀ ਦੇ ਨਾਮ ਵਜੋਂ ਕਿਸ ਦਾ ਨਾਮ ਹੈ ਜਿਹੜਾ ਉਹ ਪੇਸ਼ ਕੀਤਾ ਜਾਊਗਾ ਤੇ ਕੌਣ ਹਰਿਆਣਾ ਦੀ ਆਜ਼ਾਦ ਕਮੇ ਦਾ ਪ੍ਰਧਾਨ ਬਣੇਗਾ ਤੁਹਾਡੀ ਅਪੀਲ ਰੱਦ ਹੋ ਕੇ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਈ ਆ ਤੇ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਡਾ ਦਿਲ ਦਿਖਾ ਕੇ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਰੁਕਾਵਟ ਪੈਦਾ ਨਹੀਂ ਕਰਨੀ ਚਾਹੀਦੀ ਖੁਦ ਆ ਕੇ ਉਹਨਾਂ ਨੂੰ ਸੇਵਾ ਸੰਭਾਲਣੀ ਚਾਹੀਦੀ ਹੈ ਕਿਉਂਕਿ ਹਰਿਆਣੇ 'ਚ ਵੀ ਸਿੱਖ ਵੱਸਦੇ ਤੇ ਅਸੀਂ ਅਕਾਲ ਤਖਤ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖਿਆ ਹਰਿਆਣਾ ਦੇ ਵਿੱਚ ਸਗੋਂ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਬਣਵਾਈ ਸੀ 1925 ਚ ਉਹਨਾਂ ਦੇ ਪਰਿਵਾਰ ਵੀ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਹਰਿਆਣਾ ਚਾ ਕਰਨਾਲ ਏਰੀਆ ਇਹਨਾਂ ਇਲਾਕਿਆਂ ਦੇ ਵਿੱਚੋਂ ਪਰਿਵਾਰ ਬੈਠੇ ਹੋਏ ਆ ਸੋ ਇਸ ਕਰਕੇ ਇਹ ਵੀ ਸਿੱਖ ਨੇ ਇਹ ਕੋਈ ਗੈਰ ਸਿੱਖ ਨਹੀਂ ਆ ਉਹ ਅੱਜ ਚੈਲੰਜ ਕਬੂਲ ਕਰੇ ਮੇਰਾ ਸੁਖਵੀਰ ਸਿੰਘ ਬਾਦਲ ਮੇਰੇ ਨਾਲ ਕਿਸੇ ਨੈਸ਼ਨਲ ਚੈਨਲ ਤੇ ਬੈਠ ਕੇ ਜਾਂ ਪੰਜਾਬ ਦੇ ਕਿਸੇ ਚੈਨਲ ਤੇ ਬੈਠ ਕੇ ਮੇਰੇ ਨਾਲ 1 ਟੂ 1 ਡਿਬੇਟ ਕਰੇ ਮੈਂ ਉਹਦੀ ਹਰ ਗੱਲ ਦਾ ਜਵਾਬ ਦੇਵਾਂਗਾ ਅਸੀਂ ਚੰਗੇ ਕੰਮ ਦੀ ਸਲਾਘਾ ਕੀਤੀ ਹੈ ਇੱਕ ਵੱਡੀ ਖਬਰ ਹੈ ਸ੍ਰੀ ਮੁਕਸਿਸ ਸਾਹਿਬ ਜ਼ਿਲ੍ਹੇ ਤੋਂ ਤੁਹਾਨੂੰ ਦੱਸ ਦਿੰਦੇ ਆ ਜਿੱਥੇ ਕੋਟਪਾਈ ਤੋਂ ਅਗਵਾ ਕੀਤੇ 16 ਸਾਲ ਦੇ ਨੌਜਵਾਨ ਮੁੰਡੇ ਦਾ 30 ਲੱਖ ਦੀ ਫਰੋਤੀ ਦੇ ਲਈ ਕਤਲ ਕਰ ਦਿੱਤਾ ਹੈ ਦਰਦਨਾਕ ਤਰੀਕੇ ਦੇ ਨਾਲ ਗਿਦੜਵਾਹਾ ਸਬਡਿਵੀਜ਼ਨ ਦੇ ਪਿੰਡ ਕੋਟਪਾਈ ਤੋਂ 25 ਨਵੰਬਰ ਨੂੰ ਅਗਵਾ ਕੀਤੇ 16 ਸਾਲ ਦੇ ਲੜਕੇ ਦਾ ਕਥਿਤ ਤੌਰ ਤੇ 30 ਲੱਖ ਦੀ ਫਿਰੋਤੀ ਨਾ ਦੇਣ ਕਰਕੇ ਕਤਲ ਕੀਤਾ ਗਿਆ ਹਰਮਨਦੀਪ ਸਿੰਘ ਦੇ ਪਰਿਵਾਰ ਨੂੰ ਅਗਵਾਕਾਰਾਂ ਦੇ ਵੱਲੋਂ ਪੈਸੇ ਦੇਣ ਜਾਂ ਗੰਭੀਰ ਨਤੀਜੇ ਭੁਗਤਣ ਦੇ ਲਈ ਬਹੁਤ ਸਾਰੇ ਫੋਨ ਕੀਤੇ ਗਏ ਸਨ ਤੇ ਦੋ ਚਿੱਠੀਆਂ ਵੀ ਪਾਈਆਂ ਗਈਆਂ ਹਾਲਾਂਕਿ ਪਰਿਵਾਰ ਨੇ ਉਸੇ ਦਿਨ ਪੁਲਿਸ ਨੂੰ ਮਾਮਲੇ ਦੀ ਸੂchnਾ ਦੇ ਦਿੱਤੀ ਸੀ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਪਰ ਫਿਰ ਵੀ ਅਗਵਾਕਾਰਾਂ ਨੇ ਲੜਕੇ ਦਾ ਕਤਲ ਕਰ ਦਿੱਤਾ ਇੱਥੇ ਪੁਲਿਸ ਦੀ ناکامی ਨਲਾਇਕੀ ਸਾਹਮਣੇ ਆਉਂਦੀ ਹੈ ਕਿ ਜੇ ਪੁਲਿਸ ਬਹੁਤ ਹੀ ਤਿੱਖੇ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਜਾਂਚ ਕਰਦੀ ਤਾਂ 14 ਸਾਲ ਦੇ ਇਸ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਮੁਕਸਰ ਦੇ ਐਸਐਸਪੀ ਉਪਿੰਦਰਜੀਤ ਸਿੰਘ ਨੂੰ ਮੰਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹਨਾਂ ਨੇ ਲੜਕੇ ਦਾ ਕਤਲ ਕਰਨਾ ਹੈ ਹਾਲਾਂਕਿ ਪੁਲਿਸ ਨੂੰ ਹਾਲੇ লাশ ਨਹੀਂ ਮਿਲੀ ਹੈ ਫਿਲਹਾਲ ਪੰਜ ਮੁਲਜ਼ਮ ਪੁਲਿਸ ਰਸਤੇ ਵਿੱਚ ਨੇ ਜਿਨ੍ਹਾਂ ਵਿੱਚੋਂ ਇੱਕ ਨੇ ਕਬੂਲ ਕੀਤਾ ਹੈ ਕਿ ਹਰਮਨਦੀਪ ਦਾ 10 ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ লাশ ਨੂੰ ਖੇਤ ਵਿੱਚ ਦੱਬ ਦਿੱਤਾ ਗਿਆ ਸੀ ਤੇ ਜਿਹੜੀ ਜਿਹੜੇ ਖੇਤ ਵਿੱਚ ਹਰਮਨਦੀ ਦੀ লাশ ਨੂੰ ਦੱਬਿਆ ਗਿਆ ਉਹ ਸੇਮ ਵਾਲੇ ਖੇਤ ਨੇ ਉੱਥੇ ਲੋਕ ਘਟ ਜਾਂਦੇ ਨੇ ਇਸ ਤੋਂ ਇਲਾਵਾ ਖੇਤ ਜਾਣ ਵਾਲਾ ਰਾਹ ਵੀ ਚਾ ਹੈ ਇਸ ਕਰਕੇ ਵੀ ਲੋਕ ਇਹਨਾਂ ਨੂੰ ਘਟ ਜਾਂਦੇ ਨੇ ਪੁਲਿਸ ਨੂੰ ਸ਼ੱਕ ਹੈ ਕਿ ਰਾਤ ਵੇਲੇ ਮੁਲਜ਼ਮਾ ਨੇ লাশ ਨੂੰ ਠਿਕਾਣੀ ਲਗਾਇਆ ਗਿਆ ਹੋ ਸਕਦਾ ਹੈ ਪਰਿਵਾਰ ਮੁਤਾਬਕ ਜੇ ਪੁਲਿਸ ਪਹਿਲਾਂ ਮੁਲਜ਼ਮਾ ਨੂੰ ਫੜ ਲੈਂਦੀ ਤਾਂ ਹਰਮਨਦੀਪ ਜਿਉਂਦਾ ਹੋਣਾ ਸੀ ਕਿਉਂਕਿ ਜਿਸ ਦਿਨ ਮੁੰਡੇ ਨੂੰ ਅਗਵਾ ਕੀਤਾ ਗਿਆ ਜਿਸ ਦਿਨ ਫਰੋਤੀ ਦੀਆਂ ਕਾਲਾਂ ਆਈਆਂ ਫੋਨ ਆਏ ਚਿੱਠੀਆਂ ਪਹੁੰਚੀਆਂ ਉਸੇ ਦਿਨ ਹੀ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਪੁਲਿਸ ਨੇ ਉਸ ਤਰੀਕੇ ਨਾਲ ਕਾਰਵਾਈ ਨਹੀਂ ਕੀਤੀ ਇਸ ਮਸਲੇ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਿਰ ਵਿਰੋਧੀਆਂ ਦਾ ਘੇਰਾ ਪਿਆ ਹੈ ਕਾਲੇ ਲੀਡਰ ਬਿਕਮ ਸਿੰਘ ਮਜੀਠੀਆ ਨੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਹੈ ਤੇ ਸਰਕਾਰ ਤੇ ਵੀ ਨਿਸ਼ਾਨੇ ਐ ਕਸੇ ਨੇ ਕਿਹਾ ਕਿ ਇੱਕ ਛੋਟੇ ਕਿਸਾਨ ਦਾ ਦੁੱਖ ਜਿਸ ਨੇ 30 ਲੱਖ ਰੁਪਏ ਦੀ ਫਰੋਤੀ ਦੇਣ ਤੋਂ ਅਸਮਰੱਥ ਹੋਣ ਕਰਕੇ ਆਪਣਾ ਜਵਾਨ ਪੁੱਤ ਗਵਾ ਦਿੱਤਾ ਹੈ ਆਪ ਸਰਕਾਰ ਦੇ ਵਿੱਚ ਅਜਿਹੀਆਂ ਘਟਨਾਵਾਂ ਰੋਜ਼ ਦਾ ਮਾਮਲਾ ਬਣ ਗਈਆਂ ਨੇ ਕੋਈ ਰਾਹਤ ਨਹੀਂ ਮਿਲਦੀ ਹੈ ਇਹ ਜਿਹੜੀ ਘਟਨਾ ਹੈ ਦਰਦਨਾਕ ਘਟਨਾ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਹਲਕੇ ਗਿੱਦੜ ਬਾਹਾ ਦੇ ਵਿੱਚ ਵਾਪਰੀ ਹੈ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਘਟਨਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ ਕਿ ਸਰਕਾਰ ਨੂੰ ਇਸ ਸਾਰੇ ਮਸਲੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਜਵਾਬਦੇਹ ਹੋਣਾ ਹੀ ਪਊਗਾ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਅਮਨ ਕਾਨੂੰਨ ਦੇ ਕੀ ਹਾਲਾਤ ਨੇ ਇਹ ਤੁਸੀਂ ਸਮਝ ਸਕਦੇ ਹੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਆਦੇਸ਼ ਦਿੱਤਾ ਹੈ ਕਿ Hindu ਤੇ Musalman ਵੀ ਹੁਣ ਆਪਸ ਦੇ ਵਿੱਚ ਆਪਣੀ ਕਿਡਨੀ ਬਦਲ ਸਕਦੇ ਨੇ ਅਦਾਲਤ ਨੇ ਅਜੇ ਹੀ ਦੋ ਵਿਅਕਤੀਆਂ ਨੂੰ ਆਪਣੇ ਗੁਰਦੇ ਬਦਲਣ ਦੀ ਇਜਾਜ਼ਤ ਦੇ ਦਿੱਤੀ ਹੈ ਜਿਨ੍ਹਾਂ ਦਾ ਨੇੜਤਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਦੇਸ਼ ਵਿਚ ਅੰਗ ਦਾਨ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਗਿਆ ਹੈ ਕਿ ਕਿਡਨੀ ਟ੍ਰਾਂਸਪਲੈਂਟ ਦੇ ਲਈ ਨੇੜਲਾ ਰਿਸ਼ਤੇਦਾਰ ਹੋਣਾ ਜ਼ਰੂਰੀ ਹੈ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਅੰਗ ਦਾਨ ਨਾਲ ਸੰਬੰਧਿਤ ਕਾਨੂੰਨ ਤੇ ਵੱਡਾ ਅਸਰ ਪਵੇਗਾ ਹਾਈ ਕੋਰਟ ਦੇ ਜਸਟਿਸ ਵਿਨੋਦ ਐਸਪਾਦਵਾਜ ਨੇ ਅੰਬਾਲਾ ਨਿਵਾਸੀ ਅਜੀਤ ਕੁਮਾਰ ਅਤੇ ਇੱਕ ਹੋਰ ਦੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਇਹ ਇਤਿਹਾਸਿਕ ਫੈਸਲਾ ਦਿੱਤਾ ਹੈ ਜਸਟਿਸ ਪਾਦਵਾਜ ਦਾ ਕਹਿਣਾ ਹੈ ਕਿ ਜੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਦੇ ਲਈ ਕਾਨੂੰਨੀ ਚਾਲ ਵੀ ਸਾਹਮਣੇ ਆ ਜਾਵੇ ਤਾਂ ਇਹਦੇ ਵਿੱਚ ਫਸਣਾ ਠੀਕ ਨਹੀਂ ਹੈ ਜਾਨ ਬਚਾਉਣਾ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਅਹਿਮ ਗੱਲ ਹੈ ਉਹ ਵੀ ਉਦੋਂ ਜਦੋਂ ਕਿਡਨੀ ਟ੍ਰਾਂਸਪਲੈਂਟ ਲਈ ਪੈਸੇ ਦੇ ਲੈਣ ਦੇਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਅਜਿਹੇ ਵਿੱਚ ਕਿਸੇ ਦੀ ਜਾਨ ਦੇ ਨਾਲ ਨਹੀਂ ਖੇਡਣਾ ਚਾਹੀਦਾ ਬਿਨਾਂ ਕੋਈ ਨੇੜਤਾ ਦੇਖੇ ਹੋਏ ਜੇ ਕੋਈ ਕਿਸੇ ਨੂੰ ਅੰਗਦਾਨ ਕਰਨਾ ਚਾਹੁੰਦਾ ਤਾਂ ਲੈ ਲੈਣਾ ਚਾਹੀਦਾ ਐਮਰਜੈਂਸੀ ਬੁਲੇਟਿਨ ਦੇ ਵਿੱਚ ਹੁਣ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਅੱਜ ਦੇ ਦਿਨ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੇ ਨਾਲ ਥੋੜੀ ਦੇਰ ਬਾਅਦ ਤੁਹਾਨੂੰ ਪ੍ਰਾਈਮ ਟਾਈਮ ਦੇ ਵਿੱਚ ਮਿਲਾਂਗੇ ਧੰਨਵਾਦ